ਸਤਿ ਸ਼੍ਰੀ ਅਕਾਲ ਵੈਲਕਮ ਟੂ ਬਲੂਬਰਡ ਟ੍ਰੀਵੋ ਅਤੇ ਅੱਜ ਅਸੀਂ ਆਏ ਹਾਂ ਇੱਕ ਪਿੰਡ ਦੇ ਵਿੱਚ ਇਟਲੀ ਦਾ ਇੱਕ ਪਿੰਡ ਹੈ ਬਹੁਤ ਛੋਟਾ ਜਿਹਾ ਪਿੰਡ ਹੈ ਪਰ ਇੱਥੇ ਦੀ ਕਾਫੀ ਖੂਬੀਆਂ ਨੇ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਅਤੇ ਹੋਰ ਵੀ ਗੱਲ ਹੈ ਇੱਥੇ ਘਰ ਜਿਹੜੇ ਨੇ ਬਹੁਤ ਸਸਤੇ ਨੇ ਅਤੇ ਘਰ ਵੀ ਵਿਖਾਵਾਂਗੇ ਕਿਉਂਕਿ ਮੈਂ ਇੱਥੇ ਇੱਕ ਆਪਣੇ ਰਿਸ਼ਤੇਦਾਰ ਦੇ ਘਰ ਆਇਆ ਹੋਇਆ ਅਤੇ ਉਹਨਾਂ ਦਾ ਮੈਂ ਘਰ ਵੇਖਿਆ ਸੀਗਾ ਬਹੁਤ ਹੀ ਸੋਹਣਾ ਅਤੇ ਬਹੁਤ ਹੀ ਸਸਤਾ ਵੀ ਹੈ ਅਤੇ ਯੂਰਪ ਦੀ ਇਹ ਖਾਸੀਅਤ ਜ਼ਰੂਰ ਹੈ ਕਿ ਇੱਥੇ ਘਰ ਲੈਣੇ ਸੌਖੇ ਨੇ ਤਨਖਾਹਾਂ ਭਾਵੇਂ ਇੱਥੇ ਥੋੜ੍ਹੀਆਂ ਘੱਟ ਨੇ ਕੈਨੇਡਾ ਜਾਂ US ਜਿੰਨੀਆਂ ਨਹੀਂ ਹੈਗੀਆਂ ਆਸਟ੍ਰੇਲੀਆ ਜਿੰਨੀਆਂ ਬਟ ਖਰਚੇ ਵੀ ਉਨੇ ਹੀ ਘੱਟ ਨੇ ਕਿਉਂਕਿ ਉੱਥੇ ਜਿਹੜੇ ਘਰ ਨੇ ਤੁਹਾਨੂੰ 10-10 ਲੱਖ ਰੁਪਏ ਤੱਕ ਦੇ ਵੀ ਮਿਲਦੇ ਨੇ ਉੱਥੇ ਜਿਹੜੇ ਘਰ ਨੇ ਤੁਹਾਨੂੰ 10-10 ਲੱਖ ਦੇ ਡਾਲਰ ਦੇ ਮਿਲਦੇ ਨੇ ਬਟ ਇੱਥੇ ਜਿਹੜੇ ਘਰ ਤੁਹਾਨੂੰ ਬੜੋ ਸਸਤੇ ਮਿਲ ਜਾਂਦੇ ਨੇ ਤੁਹਾਨੂੰ ਵਿਖਾਵਾਂਗੇ ਇੱਕ ਘਰ ਅਤੇ ਉਹਦੀ ਕੀਮਤ ਵੀ ਦੱਸਾਂਗੇ ਨਾਲੇ ਤੁਹਾਨੂੰ ਪਿੰਡ ਵਿਖਾਉਂਦੇ ਪਿੰਡ ਦੇ ਵਿੱਚ ਕਿਵੇਂ ਦੀ ਫੈਸਿਲਿਟੀਜ਼ ਨੇ ਤੁਸੀਂ ਵੇਖੋਗੇ ਆਪ ਹੈਰਾਨ ਹੋ ਜਾਓਗੇ ਇੱਥੋਂ ਦੀ ਫੈਸਿਲਿਟੀਜ਼ ਦੇਖ ਕੇ ਕਿਉਂਕਿ ਇੱਕ ਪਿੰਡ ਦੇ ਵਿੱਚ ਐਵੇਂ ਦੀ ਫੈਸਿਲਿਟੀ ਵੇਖਣੀ ਨੋਰਮਲ ਆਪਾਂ ਨੂੰ ਮਿਲਦੀ ਨਹੀਂ ਹੈ ਖਾਸ ਕਰਕੇ ਆਪਣੇ ਇੰਡੀਆ ਵਿੱਚ ਤਾਂ ਬਿਲਕੁਲ ਨਹੀਂ ਆ ਪਿੰਡ ਦੇ ਵਿੱਚ ਵੇਖੋ ਇੱਕ ਬਾਸਕਟਬਾਲ ਦਾ ਗਰਾਊਂਡ ਬਣਿਆ ਹੋਇਆ ਹੈ ਕਿਉਂਕਿ ਇੱਥੇ ਨਾ ਖੇਡਾਂ ਨੂੰ ਬਹੁਤ ਤਵੱਜੋ ਦਿੱਤੀ ਜਾਂਦੀ ਹੈ ਕਾਫੀ ਲੋਕ ਇੱਥੇ ਖੇਡਾਂ ਨੂੰ ਤਵੱਜੋ ਦਿੰਦੇ ਨੇ ਜੇ ਵੇਖੋਗੇ ਇੱਥੇ ਦੇਖੋ ਬਾਸਕਟਬਾਲ ਦਾ ਗਰਾਊਂਡ ਵੀ ਹੈ ਅਤੇ ਇੱਕ ਪਿੰਡ ਹੈ ਪਿੰਡ ਦੇ ਵਿੱਚ ਇੰਨੀ ਫੈਸਿਲਿਟੀਜ਼ ਅਤੇ ਉਹ ਸਾਹਮਣੇ ਜੇ ਤੁਹਾਨੂੰ ਨਜ਼ਰ ਆ ਰਿਹਾ ਹੋਵੇ ਉਹ ਇੱਕ ਉਹ ਵੀ ਸਪੋਰਟਸ ਸੈਂਟਰ ਹੈ ਉੱਥੇ ਕਰਾਟੇ ਖੇਡ ਰਹੇ ਨੇ ਬੱਚੇ ਸਿੱਖ ਰਹੇ ਨੇ ਅਤੇ ਐਵੇਂ ਦੀ ਫੈਸਿਲਿਟੀ ਇੱਕ ਪਿੰਡਾਂ ਦੇ ਵਿੱਚ ਮਿਲਣੀ ਇੰਨੀ ਆਮ ਗੱਲ ਨਹੀਂ ਹੁੰਦੀ ਮੈਨੂੰ ਕਾਫੀ ਹੈਰਾਨੀ ਹੋ ਰਹੀ ਹੈ ਸ਼ਾਇਦ ਤੁਸੀਂ ਕਿਤੇ ਵੇਖੇ ਹੋਣ ਤਾਂ ਅੱਡ ਗੱਲ ਹੈ ਬਟ ਮੈਨੂੰ ਕਾਫੀ ਹੈਰਾਨੀ ਹੋ ਰਹੀ ਹੈ ਐਵੇਂ ਦੀ ਫੈਸਿਲਿਟੀਜ਼ ਦੇਖ ਕੇ ਉਹ ਵੀ ਆਮ ਜੇ ਪਿੰਡਾਂ ਦੇ ਵਿੱਚ ਉਹ ਵੀ ਇਟਲੀ ਦੇ ਵਿੱਚ ਇੱਕ ਪਿੰਡਾਂ ਦੇ ਵਿੱਚ ਆਹ ਤਾਂ ਉਹਨੇ ਗਰਾਊਂਡ ਵੀ ਵਿਖਾਉਂਦੇ ਬੱਚਿਆਂ ਦਾ ਜਿੱਥੇ ਬੱਚੇ ਖੇਡ ਰਹੇ ਨੇ ਕਾਫੀ ਖੁਸ਼ ਨੇ ਆਹ ਵੇਖੋ ਇੱਥੋਂ ਦੀਆਂ ਪੈਲੀਆਂ ਸ਼ਾਇਦ ਅਜੇ ਇੱਥੇ ਇਹਨਾਂ ਨੇ ਕੋਈ ਫਸਲ ਬੀਜਣੀ ਹੈ ਅਤੇ ਆਹ ਨਾਲ ਹੀ ਸੜਕ ਜਾ ਰਹੀ ਹੈ ਅਤੇ ਗੱਡੀਆਂ ਇੱਥੇ ਤੁਸੀਂ ਵੇਖੋਗੇ ਕਾਫੀ ਗੱਡੀਆਂ ਮਤਲਬ ਨਿਕਲ ਰਹੀਆਂ ਨੇ ਪਿੰਡ 'ਚ ਇੱਥੇ ਕਾਫੀ ਪਾਪੂਲੇਸ਼ਨ ਹੈ ਮਤਲਬ ਐਵੇਂ ਨਹੀਂ ਕਿ ਪਿੰਡਾਂ ਦੇ ਵਿੱਚ ਲੋਕ ਨਹੀਂ ਰਹਿ ਰਹੇ ਕਿ ਲੋਕ ਇੱਥੋਂ ਨਿਕਲ ਚੁੱਕੇ ਨੇ ਐਵੇਂ ਦੀ ਨਹੀਂ ਹੈ ਇਟਾਲੀਅਨ ਲੋਕ ਇੱਥੇ ਜਿਵੇਂ ਮੇਰੀ ਹੁਣੇ ਆਪਣੇ ਬ੍ਰਦਰ ਨਾਲ ਵੀ ਗੱਲ ਹੋ ਰਹੀ ਸੀਗੀ ਉਹ ਵੀ ਇਟਲੀ 'ਚ ਹੀ ਰਹਿੰਦਾ ਅਤੇ ਉਹਨੇ ਦੱਸਿਆ ਕਿ ਇੱਥੇ ਕਾਫੀ ਲੋਕ ਜਿਹੜੇ ਨੇ ਪਿੰਡਾਂ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਅਤੇ ਬਜ਼ੁਰਗ ਸਪੈਸ਼ਲੀ ਜਿਹੜੇ ਆ ਉਹ ਜ਼ਿਆਦਾ ਪਿੰਡਾਂ 'ਚ ਹੀ ਹੁੰਦੇ ਨੇ ਅਤੇ ਮਤਲਬ ਹੈਗਾ ਪਿੰਡ ਹੈ ਲੇਕਿਨ ਫੈਸਿਲਿਟੀ ਚੰਗੀਆਂ ਨੇ ਇਸ ਪਿੰਡ ਦੇ ਵਿੱਚ ਮੈਨੂੰ ਬਹੁਤ ਵਧੀਆ ਲੱਗ ਰਿਹਾ ਇੱਥੇ ਕਿਉਂਕਿ ਕਾਫੀ ਦਿਨਾਂ ਤੋਂ ਯੂਰਪ ਟ੍ਰਿਪ 'ਤੇ ਸੀਗਾ ਅਤੇ ਸ਼ਹਿਰਾਂ 'ਚ ਹੀ ਘੁੰਮਦੇ ਆ ਰਹੇ ਹਾਂ ਸਵਿਟਜ਼ਰਲੈਂਡ 'ਚ ਜ਼ਰੂਰ ਪਿੰਡ ਵੇਖਣ ਨੂੰ ਮਿਲੇ ਸੀ ਕੁਛ ਲੁਟਰਨਬਰਨ ਅਤੇ ਗ੍ਰਿੰਡਰਵਾਲਡ ਜਿੱਥੇ ਮੈਂ ਟਰੈਵਲ ਕੀਤਾ ਸੀ ਇੰਟਰਲੇਕਨ ਵੀ ਛੋਟਾ ਜਿਹਾ ਹੀ ਸੀਗਾ ਬਟ ਜ਼ੂਰਿਕ ਕਾਫੀ ਵੱਡਾ ਹੈ ਮਿਲਾਨ ਸੀਗੇ 2 ਦਿਨ ਤੋਂ ਬਹੁਤ ਭੀੜ ਭੜੱਕਾ ਕਾਫੀ ਮਤਲਬ ਉਹਨਾਂ ਭੀੜ ਭੜੱਕੇ 'ਚ ਜ਼ਿਆਦਾ ਟਾਈਮ ਰਹਿ ਕੇ ਵੀ ਲੱਗਦਾ ਕਿ ਕਾਫੀ ਬੋਰੀਅਤ ਹੋਣੀ ਸ਼ੁਰੂ ਹੋ ਜਾਂਦੀ ਹੈ ਬਟ ਇੱਥੇ ਕਾਫੀ ਰਿਲੈਕਸ ਫੀਲ ਹੋ ਰਿਹਾ ਲੱਗ ਰਿਹਾ ਕਿ ਕਾਫੀ ਵਧੀਆ ਇੱਕ ਏਰੀਏ 'ਚ ਕਿਉਂਕਿ ਇੱਕ ਦਿਨ ਅਸੀਂ ਇੱਥੇ ਰੁਕਣਾ ਬਸ ਫਿਰ ਪੁਰਤਗਾਲ ਚਲੇ ਜਾਣਾ ਅਤੇ ਪੁਰਤਗਾਲ ਦਾ ਵੀ ਤੁਹਾਨੂੰ ਵਿਖਾਵਾਂਗੇ ਉੱਥੇ ਵੀ ਕੋਸ਼ਿਸ਼ ਮੈਂ ਕਰਾਂਗਾ ਪਿੰਡ ਵਾਲੇ ਜਿਹੜੇ ਏਰੀਏ ਨੇ ਉਹਨਾਂ 'ਚ ਜਾਣ ਦੀ ਉੱਥੋਂ ਦੇ ਕੰਮਾਂ ਬਾਰੇ ਜਾਣਨ ਦੀ ਕਿ ਕਿਵੇਂ ਦੇ ਕੰਮ ਨੇ ਲੋਕ ਕੀ ਕਰਦੇ ਨੇ ਕੋਸ਼ਿਸ਼ ਕਰਾਂਗੇ ਤੁਹਾਨੂੰ ਉਹ ਵੀ ਵਿਖਾਉਣ ਦੀ ਹੈ ਨਾ ਆਹ ਪਿੰਡਾਂ ਦੇ ਘਰ ਨੇ ਅਤੇ ਬਹੁਤ ਸੋਹਣੇ ਘਰ ਨੇ ਵੇਖੋ ਕਿੰਨੇ ਸੋਹਣੇ ਸੋਹਣੀ ਜਗ੍ਹਾ ਨੇ ਅਤੇ ਆਹ ਤਾਂ ਕਾਫੀ ਵੱਡਾ ਘਰ ਹੈ ਇਹਦੀ ਕੀਮਤ ਤਾਂ ਸ਼ਾਇਦ ਜ਼ਿਆਦਾ ਹੋਵੇਗੀ ਲੇਕਿਨ ਅੱਗੇ ਜਾ ਕੇ ਤੁਹਾਨੂੰ ਵਿਖਾਉਣਾ ਕਿਉਂਕਿ ਮੇਰੀ ਹੁਣੇ ਜਿਵੇਂ ਗੱਲ ਹੋ ਰਹੀ ਸੀ ਇੱਥੇ ਅਤੇ ਉਹ ਦੱਸ ਰਹੇ ਸੀਗੇ ਵੀ ਇਸ ਪਿੰਡ ਦੇ ਵਿੱਚ 50,000 ਯੂਰੋ ਦੇ ਵੀ ਘਰ ਲੱਗੇ ਹੋਏ ਨੇ ਅਤੇ ਮਤਲਬ ਜਿਹਦਾ ਜਿਵੇਂ ਦਾ ਕੰਮ ਹੈ ਕਿ ਜਿਹੜੇ ਪੁਰਾਣੇ ਘਰ ਨੇ ਜਿਨ੍ਹਾਂ 'ਚ ਥੋੜ੍ਹਾ ਕੰਮ ਹੋਣ ਵਾਲਾ ਹੈ ਉਹ ਥੋੜ੍ਹੇ ਹੋਰ ਸਸਤੇ ਮਿਲ ਜਾਂਦੇ ਨੇ 50,000 ਡਾਲਰ 50,000 ਯੂਰੋ 'ਚ ਵੀ ਮਿਲ ਜਾਂਦੇ ਨੇ ਬਟ ਜਿਹੜੇ ਚੰਗੇ ਰੈਨੋਵੇਟ ਘਰ ਨੇ ਉਹਨਾਂ ਦੀ ਕੀਮਤ 1,00,000+ ਹੈ ਅਤੇ ਮਤਲਬ ਜਿਹੜਾ ਠੀਕ ਹੈ ਘਰ ਜਿਹਨਾਂ ਦੀ ਮਤਲਬ ਕਹਿ ਸਕਦੇ ਹੋ ਕਿ ਜਿਨ੍ਹਾਂ ਦਾ ਕੰਮ ਹਜੇ ਹੋਇਆ ਬਹੁਤ ਟਾਈਮ ਤੋਂ ਜਿੱਥੇ ਮਤਲਬ ਜ਼ਿਆਦਾ ਕੰਮ ਨਹੀਂ ਮਤਲਬ ਜਿਨ੍ਹਾਂ ਦਾ ਕੰਮ ਠੀਕ ਹੈ ਮਤਲਬ ਜਿਹੜੇ ਘਰ ਨੋਰਮਲ ਨੇ ਐਵਰੇਜ ਘਰ ਨੇ ਅਤੇ ਉਹਨਾਂ ਦੀ ਜਿਹੜੀ ਕੀਮਤ ਹੈ ਉਹ 1,00,000 ਯੂਰੋ ਤੱਕ ਬੜੇ ਆਰਾਮ ਨਾਲ ਹੈ 1,00,000 ਯੂਰੋ ਤੋਂ ਮਤਲਬ ਆਪਣੇ ਇੰਡੀਆ ਦਾ ਜਿਹੜਾ ਹੁੰਦਾ ਹੈ
80 लाख यूरो का मतलब है कि इंडिया का जिहड़ा 80 लाख रुपया। तो अपने इंडिया के अज की डेट जो प्लॉट लैन भी जाओ तुम एक शहर के प्लॉट जिहड़ा है वो तुहानू करोड़ प्लस मिल रहा है, 2-2 करोड़ के भी प्लॉट है। डिपेंड करता है किहड़े एरिए लै रहे हो। आखो घर सब्जियां लगिया हुई ने आओ जी अगे तुम्हें दिसण दे इत्थे बैंगणा के पेड़ भी लगे हुए हैं। तो लोगों ने घर मतलब सब्जियां लाइया ने, फ्रूट लगे हुए ने, तो नाल आखो काफ़ी खुली जगह जी अजे खाली पई है, मैदान है। मतलब हो सकता किसी का फसल वगैरह भी इतने लानी हो। घर है, घर के वेखो इन्होंने आ घर है, घर वेखो इन्होंने नार लगे हुए ने, नार भी किडे सोहने लगे ने, पक्के पैने नार, तो कि वधिया नज़ारा है ना फ्रूट। तो इन्हां पिंडां दे विच किन्ना वधिया माहौल, तो रहन लई एक शांतमई इलाके। तो जिन्हां दे काम इत्थे जिहड़े एरिए दे विच हैगा ज़्यादा, जो सुन च आया सी मैं हजे मैनूं पता लग्गा कि फैक्ट्रियां च काम है, तो नाल जिहड़ा डेयरी फार्मां दे काम है। तो जिवें तुहानूं कह रहे हैं कि पिंड है, पिंड दे हिसाब नाल बहुत सोहना है। तो जिवें तुसीं वेख ही रहोगे पॉपुलेशन दा अंदाज़ा लग रहा होना तुहानूं वी गड्डियां लंघदियां नूं, क्योंकि हर मिनट दे विच 2-2, 3-3 गड्डियां इत्थों लंघ रही ने। तो गड्डियां तो उत्थों अंदाज़ा लगता है कि इत्थे पॉपुलेशन काफ़ी रहिंदी है। अच्छा एक खासियत तुसीं इत्थे हुण वेखियो, आह गली है, तो गली चों जदों इत्थे मेन सड़क ते आउणा है ते सड़क तों सज्जे खब्बे कोई आ ना रिहा होवे उहदे लई उह शीशा लाया होया उन्होंने भी इत्थों वेखण वास्ते कि सज्जे खब्बे कौन आ रहा, क्योंकि एकदम कई बार नज़र च नहीं आउंदा। इन्होंने ये चीज़ बहुत वधिया लाई हुई है, आ दूजे पासे लई वेखण लई है, वह गड्डी आ रही है तो गड्डी दिस रही है, तो मतलब जिहड़ा इत्थों रोड ते चढ़ना है तो उदू पहलां उन्होंने दिस जाना है कि इत्थों कोई आ तां नहीं रिहा, ते जिहदे नाल कोई एक्सीडेंट होण दा जिहड़ा चांस है वह बिल्कुल जीरो हो जाता है। तो बहुत मतलब यही फैसिलिटियां होंदियां ने गवर्नमेंट दियां, ते पिंडां दे विच एवें दी फैसिलिटी दित्ती हुई है। अपने तो आम शहरां दे विच भी ये फैसिलिटी नहीं हैगी, ते कई वार इत्थों ही मोड़ तो ही ज़्यादा एक्सीडेंट होंदे ने, ते गड्डियां भी उत्थों ही मतलब जिहड़ियां ने ज़्यादा नुकसान होंदा है। आ वेखो किड्डे मतलब सोहणे घर, ते मतलब इन्हां दे रेट तां जो तक मैनूं लगदा 2-2 लाख यूरो तक होएगा, मतलब इंडिया दा 1.5-2 करोड़ रुपया भी हो सकता इन्हां दा। बट जिहड़े नॉर्मल ने, यानी कि जे तुसीं बहुत ज़्यादा पैसा नहीं लाना चाहुंदे ते एक वधिया लाइफ एक पिंड दे विच कम करदे हुए रहना चाहुंदे हो तां वधिया है इत्थे, मतलब सैटलमेंटली ठीक है, क्योंकि इत्थे जिहड़ियां सैलरियां ने वो लगभग 2500 यूरो तक चलिया जांदियां ने फैक्टरी दे विच, ते जिहड़ियां डेयरी फार्म हैगे ने तो मतलब 2500 यूरो तक जा रही है, तो अप्रोक्स 2 लाख रुपया तुसीं मन के चलो। तो जिहड़े घर ने वो सस्ते मिल जाते, थोड़ी बहुत वड्डियां किस्तां नहीं तुहानूं देणियां पैंदियां। इहदे मुकाबले कैनेडा, USA, आस्ट्रेलिया, न्यूजीलैंड इन्हां कंट्रियां च जिहड़ी किस्तां ने वो बहुत ज़्यादा जांदियां ने, तो उहदे मुकाबले मतलब ये ठीक है लाइफ स्टाइल, एक वधिया लाइफ जीण दी ये जगह मैनूं लगदा कि ठीक है। इत्थे नेड़े तेड़े फैक्ट्रियां भी चंगीयां ने, फैक्ट्रियां च कम भी हैगे ने। तो इत्थे जे तुसीं वेखोगे आ देखो घर एक नॉर्मल पार्क बना भी इन्हों जगह मिली हुई है, सब्जियां भी लगिया हुई ने, तो ठीक बहन खिलाने लिए भी जगह। अपने हुण कई कंट्रियां दे विच भी प्रॉब्लम है कि जगह इन्नी ज़्यादा ना होने करके उन्होंने प्रॉपर जी जगह वो नहीं मिल पाती, तो बड़े कंजस्टड घर होंगे ने। इत्थे ये खासियत खैर हैगी है, मैनू वधिया लगा कुल मिला के ये पिंड, तो इत्थे वधिया फैसिलिटीज़, तो कम इनकम भी ठीक है, क्योंकि नॉर्थ पार्ट है इटली का, तो नॉर्थ दे विच जिहड़ा है इनकम चंगी मनी जाती इटली दे विच भी, तो इत्थे इनकम उस हिसाब नाल चंगी है। आ घर है फस्ट फ्लोर है थले का,
ਤੇ ਇਹਦੇ ਥੱਲੇ ਤੁਸੀਂ ਤੁਹਾਨੂੰ ਹੁਣ ਬੈਕਗਰਾਊਂਡ ਵਿਖਾਉਂਦੇ ਹਾਂ। ਬੈਕਗਰਾਊਂਡ 'ਚ ਕਾਫੀ ਹੈ, ਇਹ ਹੁਣੇ ਸ਼ਿਫਟ ਹੋਏ ਨੇ, ਪਹਿਲਾਂ ਇਹ ਸਾਊਥ 'ਚ ਰਹਿੰਦੇ ਸੀਗੇ ਅਤੇ ਸਾਊਥ 'ਚੋਂ ਹੁਣ ਇੱਧਰ ਆਏ ਨੇ। ਅਤੇ ਇੱਥੇ ਵੇਖੋ ਅਜੇ ਇਹਨਾਂ ਨੇ ਮਤਲਬ ਜਗ੍ਹਾ ਜਿਹੜੀ ਹੈ ਇੱਥੇ ਵਾਹ ਵਾਹ ਖੁੱਲ੍ਹੀ ਮਿਲੀ ਹੋਈ, ਇੱਕ ਹੀ ਘਰ ਦੀ ਜਗ੍ਹਾ ਹੈ, ਇਹਨੂੰ ਜੇ ਕਰਕੇ ਇੱਥੇ ਜਿੰਨਾ ਮਰਜ਼ੀ ਮਤਲਬ ਸਬਜ਼ੀ ਪਾਰਕ ਇੱਕ ਸੋਹਣਾ ਬਣਾਇਆ ਜਾ ਸਕਦਾ, ਸਬਜ਼ੀ ਜਿੰਨੀ ਮਰਜ਼ੀ ਲਾਈ ਜਾ ਸਕਦੀ ਹੈ। ਅਤੇ ਮਤਲਬ ਘਰ ਫਰੂਟ ਵੀ ਲਾਉਣਾ ਹੋਵੇ ਤਾਂ ਇੱਥੇ ਲਾ ਸਕਦੇ ਨੇ, ਜਿਵੇਂ ਉਹ ਨਾਲ ਵਾਲੇ ਘਰ ਦੇ ਵਿੱਚ ਸੇਬ ਲੱਗੇ ਹੋਏ ਨੇ, ਟਮਾਟਰ ਉਹਨਾਂ ਨੇ ਪਿੱਛੇ ਲਾਏ ਹੋਏ ਨੇ, ਅਤੇ ਵਧੀਆ ਮਤਲਬ ਇੱਕ ਘਰ ਅਤੇ ਇੱਕ ਫੈਸਿਲਿਟੀਜ਼ ਇੱਥੇ ਵੇਖਣ ਨੂੰ ਮਿਲ ਸਕਦੀ ਹੈ। ਅਤੇ ਇਸ ਘਰ ਦੀ ਕੀਮਤ ਜਿਹੜੀ ਹੈ ਉਹ 1 ਲੱਖ ਯੂਰੋ ਤੱਕ ਹੈ। ਅਤੇ ਘਰ ਅਜੇ ਰੈਨੋਵੇਟ ਹੋਣ ਵਾਲਾ ਹੈ ਕਿਉਂਕਿ ਬਾਹਰੋਂ ਕਲਰ ਕੁਲਰ ਹੋਣ ਵਾਲੇ ਨੇ, ਬਟ ਅੰਦਰੋਂ ਬਹੁਤ ਸੋਹਣਾ ਬਣਿਆ ਹੋਇਆ। ਅਤੇ ਘਰ ਦੇ ਬਾਹਰ ਵੀ ਵਿਹੜਾ ਹੈ, ਇੱਥੇ ਬਾਹਰ ਵੀ ਬਹਿਣਾ ਹੋਵੇ ਤਾਂ ਚੰਗੀ ਮਤਲਬ ਜਗ੍ਹਾ ਬਣੀ ਹੋਈ ਹੈ, ਬਾਹਰ ਬੰਦਾ ਆਰਾਮ ਨਾਲ ਬਹਿ ਵੀ ਸਕਦਾ। ਅਤੇ 2 ਫਲੋਰ ਹੈ,